ਫਰਲੀ ਯੂਟਿਊਬ ਦੀ ਇਨਕਮ ਵੀ ਆ ਚੁੱਕੀ ਆ। ਇਹ ਜੀ ਸਹੀ ਹੈ, ਸ਼ਾਮਾ ਗੋਲਡਨ ਬਣਾ ਲੋਕਾਂ ਨਾਲ ਲੱਗਾ। ਮੇਰੇ ਯਾਰ ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਸੀ ਸਾਰੇ ਜਣੇ ਵਧੀਆ ਹੋਵਗੇ। ਤੇ ਅੱਜ ਦਾ ਵਲੌਗ ਪਤਾ ਨਹੀਂ ਕਿਹੜੇ ਟੌਪਿਕ ਦਾ ਹੋਣ ਜਾ ਰਿਹਾ, ਪਰ ਆਹ ਲਈ ਬੈਕਗ੍ਰਾਉਂਡ ਵਧੀਆ ਲੱਗੀ ਆ, ਇਸ ਕਰਕੇ ਮੈਂ ਇੱਥੇ ਇੰਟਰੋ ਸ਼ੂਟ ਕਰ ਲਿਆ। ਖਤਮ ਲੋਕਾਂ ਨਾਲ ਲੱਗਾ। ਕਾ ਔਰ ਮਾਈਕਲ ਭਾਈ ਕੀ ਹਾਲ ਚਾਲ ਨੇ? ਕੀ ਹਾਲ ਚਾਲ ਨੇ? ਕੀ ਹਾਲ ਚਾਲ ਨੇ? ਮਾਈਕਲ ਯਾਰ ਅੱਖਾਂ ਚੈੱਕ ਕਰੋ ਕਿੰਨੀਆਂ ਡਰਾਉਂਦੇ ਹੈ। ਵੈਸੇ ਮੈਂ ਵੇਲਿਆ ਤੈਨੂੰ ਹੋਰ ਕੀ ਕੰਮ ਨਹੀਂ ਗਾ, ਹਨਾ ਯਾਰ ਦਾ ਮੂੰਹ ਚੈੱਕ ਕਰ। ਕੀ ਬੋਲਿਆ ਤੂੰ? ਯਾਰ ਹੁਣ ਮੈਂ ਚੱਲਾਂ ਮਾਈਕਲ ਵਾਸਤੇ ਪਨੀਰ ਲੈਣ, ਤੇ ਮਾਈਕਲ ਆਹੀ ਯਾਰ ਖਾਣੇ ਹਫ਼ਤੇ ਬਾਅਦ। ਮੈਂ ਮਤਲਬ ਪਨੀਰ ਅਸੀਂ ਘੱਟ ਹੀ ਬਣਾਈਦਾ, ਪਰ ਮਾਈਕਲ ਹੁਣ ਰੋਜ਼ ਖਾ ਜਾਂਦਾ ਪਨੀਰ ਪੀ ਆ ਜਾਲੀ ਹੈ, ਤੇ ਹੁਣ ਉਹਦੇ ਵਾਸਤੇ ਰੋਜ਼ ਪਨੀਰ ਖਵਾਉਣਾ, ਫਿਰ ਪਨੀਰ ਲੈ ਜਾਂਦਾ। ਹਾਂ ਮੀਂਹ ਕਿੰਨਾ ਪੈ ਗਿਆ ਇਹ, ਹੁਣ ਚਾਚੇ ਖਵਾਉਣਗੇ ਪਨੀਰ ਮਾਈਕਲ ਨੂੰ। ਕੈਚ ਵਧੀਆ ਕਰਦਾ ਤੂੰ, ਸੋਹਣਿਆ ਇਹੋ ਜਿਹੀ ਭੁੱਖ ਨਹੀਂ ਦੀ ਵੇਖੀ ਹੋਣੀ ਕਿਤੇ, ਉਹ ਪੈਂਦਾ ਏ ਕਿ ਥੱਲੇ ਸੁੱਟੇ ਕਿੱਥੇ ਆ। ਬਾਕੀ ਗਾਇਸ ਮੇਰੀ ਫਾਈਨਲੀ ਯੂਟਿਊਬ ਦੀ ਇਨਕਮ ਵੀ ਆ ਚੁੱਕੀ ਆ, ਤੇ ਮੈਂ ਤਾਂ ਹਰ ਵਾਰੀ ਦੱਸਣਾ ਨਹੀਂ ਯੂਟਿਊਬ ਦੀ ਸਮਝਿਆ, ਕਿਉਂਕਿ ਯਾਰ ਹਰ ਵਾਰੀ ਤੁਹਾਡੀ ਵੀਡੀਓ ਪਾਈ ਜਾਣੀ ਹੋ ਗਿਆ, ਇੱਕ ਦੋ ਵਾਰੀ ਪਾਈ ਤੇ ਬਸ ਹੁਣ ਇਹ ਕੰਮ ਹੈਗਾ ਵਾਰੇ ਥੋੜ੍ਹਾ ਬਹੁਤਾ ਵੀ ਡਰਾ ਕਰਾਈਏ ਮਾਲ ਤੇ ਚੱਲੀਏ ਉਹ ਕੰਮ ਨੂੰ। ਮੈਂ ਯਾਰ ਇੱਕ ਰੀਲਸ ਬਣਾਉਣ ਵਾਸਤੇ ਇੱਕ ਸ਼ੀਸ਼ਾ ਲੈ ਕੇ ਆਉਣਾ ਵਾ, ਇੱਕ ਹੈਗਾ ਪਰ ਟੁੱਟ ਗਿਆ, ਸ਼ਾਇਦ ਇੱਥੇ ਫਿੱਟ ਕਰਾਉਣਾ ਵਾ ਕਿ ਇੱਥੋਂ ਜਦੋਂ ਰੀਲਸ ਬਣਾਈ ਨਾ ਆਹ ਬੈਕਗ੍ਰਾਉਂਡ ਆਵੇ। ਬਾਕੀ ਵੇਖਦੇ ਹਾਂ ਵਲੌਗ ਨੂੰ, ਵੇਖਦੇ ਰਹੋ ਵੇਖਦੇ ਕਿਹੜਾ ਸ਼ੀਸ਼ੇ ਲੈਂਦੇ ਆ। ਆਹੋ ਲੋ ਵੀ ਆਪਣੀ ਵੀਡੀਓ ਪੈਸੇ ਪੰਜਾਹ ਚਾਹੀਦੇ, ਪੈਸੇ ਥੋੜ੍ਹੇ ਕਲੀਅਰ ਕਰ ਦਈਏ, ਪੈਸੇ ਕਢਾ ਲਿਆ ਅਤੇ ਹੁਣ ਚੱਲਦੇ ਹਾਂ ਜਿਹੜੇ ਕੰਮ ਜਾਣਾ ਵਾ। ਠੀਕ ਹੈ ਦੁਕਾਨ ਤੇਰੇ ਪਹੁੰਚ ਚੁੱਕੇ ਹਾਂ, ਜੈਕ ਗਲਾਸ ਡੈਕੋਰੇਸ਼ਨ ਇਹ ਵੀ ਘੈਂਟ ਆ। ਆਹ ਉਹ ਲੈ ਕੇ ਆ ਨਵਾਂ ਚੱਲਿਆ ਜਿਹੜਾ ਸ਼ੀਸ਼ਾ ਵਾਲਾ, ਆਹ ਵੀ ਘੈਂਟ ਹੈ। ਆਹ ਹੈਗਾ 4 ਫੁੱਟ 2 ਫੁੱਟ ਇੱਧਰੋਂ, ਇੱਧਰ ਨਹੀਂ ਚੜਾਈ ਅੰਮਾ ਥੋੜ੍ਹੀ ਜਾਰੀ ਚਾਹੀਦੀ ਹੈ। ਗੱਲ ਡਨ ਹੋ ਜੂਗੀ ਆ, 800 ਰੁਪਏ ਦਾ ਪੈ ਗਿਆ, ਪਰ ਘੈਂਟ ਹੈਗਾ ਵਾ। ਠੀਕ ਆ ਨਾ ਅੰਬਾ, ਐਂ ਆ ਕੁੜਤਾ ਪਜਾਮਾ ਲੈਣ ਵਾਸਤੇ ਜਿਹੜਾ ਅਸੀਂ ਬਣਾ ਦਿੱਤਾ ਸੀ, ਅਤੇ ਅਸੀਂ ਚੈੱਕ ਕਰੋ ਕੈਸੇ ਲਗਾਏ 50 ਰੁਪਏ ਤੇ ਕੁੜਤਾ ਪਜਾਮਾ ਵੀ ਲੈ ਲਿਆ ਵਾ ਸਿੰਦਰ। ਚੈੱਕ ਤੋਂ ਕਿਤੇ ਪਾਰ ਕੀਤੀ ਆ, ਰਾਲ ਲੱਗਦੀ ਪੂਰੀ। ਤੇ ਹੁਣ ਟਾਈਮ ਹੋ ਚੁੱਕਿਆ ਵਾ 6 ਕੁਛ, ਇਹਨਾਂ ਨੂੰ ਕਿਹਾ ਕਿ ਤੁਸੀਂ 7:30 ਵਜੇ ਆਇਓ, ਤੇ ਉਹ ਜਿਹੜਾ ਸਾਈਡ ਤੋਂ ਸਿਲਾਈ ਕਰਨਾ ਉਹ ਦਿੱਤਾ ਆ, ਫਿਰ ਤੁਹਾਨੂੰ ਸ਼ੀਸ਼ ਦੇ ਨਾਲ। ਅੱਜ ਫਿਰ ਠੰਡ ਪਾ ਮੌਸਮ, ਠੰਡ ਪਾ ਮੀਂਹ, ਮਾਈਕਲ ਦੇ ਖਿਡੌਣੇ ਟੁੱਟ ਗਏ ਜੀ। ਹਰ ਵਾਰੀ ਆ ਥੱਲੇ ਲੈ ਆਉਂਦਾ ਵਾ, ਪਰ ਐਤਕੀ ਚੇਤਾ ਭੁੱਲ ਗਿਆ, ਸਾਰੇ ਗਿੱਲੇ ਹੋ ਗਏ। ਆਹ ਯਾਰ ਤੁਹਾਨੂੰ ਇੱਕ ਪੌੜੀ ਚੜ੍ਹ ਕੇ ਵਿਊ ਖਾਂਦੇ ਆ, ਅਮਰੀਕਾ ਦਾ ਵਿਊ। 1 ਮਿੰਟ ਰੁਕੋ, ਹੱਥ ਲੱਗਣ ਦਾ ਨਾ, ਦੇਖਣ ਦੇ ਨਾ ਚਾਰੇ ਪਾਸੇ। ਸਹੀ ਹੈ, ਦੋ ਦਿਨ ਹੋ ਗਏ ਸ਼ੀਸ਼ਾ ਲਿਆਂਦਾ, ਪਰ ਲਾ ਕੇ ਨੀ ਜਾਣ ਦਿਆ, ਕਿੰਨੇ ਜਣਾਂ ਨੇ ਯਾਰ ਕਾਲ ਕੀਤੀ ਆ। ਬਾਕੀ ਹੁਣ ਵੇਖਦੇ ਆ ਅੱਜ ਸ਼ਾਇਦ ਲੱਗ ਜੇ। ਬਾਕੀ ਜੇ ਰੀਲ ਵੇਖਣ ਵਾਸਤੇ ਇੰਸਟਾਗ੍ਰਾਮ ਤੇ ਨਹੀਂ ਫੋਲੋ ਕੀਤਾ, ਆਈਡੀ ਆਉਂਦੀ ਫੋਲੋ ਕਰ ਲਿਓ। ਅੱਜ ਫਿਰ ਸਵੇਰੇ ਗਰਮੀ ਹੁਣ ਤਾਂ ਵੀ ਥੋੜ੍ਹਾ ਠੀਕ ਆ, ਝਾੜ ਜਿਹਾ ਲੱਗਾ ਹੈ। ਹੁਣੇ ਕਿਹਾ ਸੀ ਤਾਂ ਹੁਣੇ ਵੇਖੋ, ਅਤੇ ਭਾਈ ਆ ਗਏ ਥੱਲੇ। ਚਲੋ ਮੈਂ ਮਾਈਕਲ ਨੇ ਯਾਰ ਤੁਹਾਡੇ ਫੜ ਲਿਆ, ਮਾਈਕਲ ਬੜਾ ਭੌਂਕਦਾ। ਚੱਲ ਕੋਠੇ ਚੱਲ ਲੈ, ਮਾਈਕਲ ਕੋਠੇ ਮੈਨੂੰ ਕੋਠੇ ਛੱਡ ਦੇ ਜੀ, ਚੱਲ ਕੋਠੇ। ਬਾਕੀ ਭਾਈ ਜੀ ਨੇ ਆ ਜਾਣਾ, ਸ਼ੀਸ਼ਾ ਲਾਉਂਦੀ ਰਹੇ ਕੁਛ ਵੀ ਲੈਟ ਯਾਰ ਹਲੇ ਲਵਾਣੀ ਆ, ਆਹ ਸਭ ਤੋਂ ਸੁੱਕਾ ਕੰਮ ਆ, ਬਸ ਫੇਟ ਹੀ ਕੀਤਾ ਵਿੱਚ।